ਪੈਰਾਗੁਏ ਪਹੁੰਚੇ ਉਪ ਰਾਸ਼ਟਰਪਤੀ। ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੱਖਣੀ ਅਮਰੀਕੀ ਦੇਸ਼ ਪੈਰਾਗੁਏ ਪਹੁੰਚੇ। ਉਹ ਰਾਜਧਾਨੀ ਅਸੁਨਸੀਓਨ ਪਹੁੰਚੇ। ਇਹ ਭਾਰਤ ਦੇ ਉਪ ਰਾਸ਼ਟਰਪਤੀ ਦੀ ਪਹਿਲੀ ਪੈਰਾਗੁਏ ਯਾਤਰਾ ਹੈ। ਉਹਨਾਂ ਦਾ ਹਵਾਈ ਅੱਡੇ ਉੱਤੇ ਪੈਰਾਗੁਏ ਦੇ ਡਿਪਟੀ ਵਿਦੇਸ਼ ਮੰਤਰੀ ਨੇ ਸਵਾਗਤ ਕੀਤਾ। ਉਪ ਰਾਸ਼ਟਰਪਤੀ ਇੱਥੇ ਦੋਪੱਖੀ ਸਮਝੌਤਿਆਂ ਸਮੇਤ ਕਈ ਮੁੱਦਿਆਂ ਉੱਤੇ ਗੱਲਬਾਤ ਕਰਨਗੇ ਅਤੇ ਇਸ ਦੇ ਨਾਲ ਹੀ ਭਾਰਤੀ ਸਮੂਹ ਨਾਲ ਵੀ ਮਿਲਣਗੇ।